ਮੰਡੀਆਂ 'ਚ ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਸਨ ਕਿ ਫਸਲ ਦੀ ਖਰੀਦ ਅਤੇ ਸਾਂਭ ਸੰਭਾਲ ਲਈ ਮੰਡੀਆਂ 'ਚ ਪੁਖਤਾ ਪ੍ਰਬੰਧ ਕਰ ਲਿੱਤੇ ਗਏ ਹਨ, ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਇਹ ਗੱਲ ਬਹੁਤ ਦੂਰ ਜਾਪਦੀ ਹੈ। ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੀਤੀ ਰਾਤ ਹੋਈ ਬਰਸਾਤ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ ਅਤੇ ਕਿਸਾਨਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ। ਇਸ ਸੰਬੰਧੀ ਜਦ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪ੍ਰਬੰਧ ਸਿਰਫ ਖਬਰਾਂ ਵਿੱਚ ਆਉਂਦੇ ਹੈ, ਅਸੀਂ ਲੋਕ ਹਰ 6 ਮਹੀਨੇ ਬਾਅਦ ਮੰਡੀਆਂ ਵਿੱਚ ਆਉਂਦੇ ਹਾਂ, ਪਰ ਪ੍ਰਬੰਧ ਉੱਦਾਂ ਦੇ ਉੱਦਾਂ ਹੀ ਨਜ਼ਰ ਆਉਂਦੇ ਹੈ। ਉਹਨਾਂ ਨੇ ਕਿਹਾ ਕਿ ਬਰਸਾਤ ਦੀ ਵਜ੍ਹਾ ਤੋਂ ਉਹਨਾਂ ਦੀ ਫਸਲ ਖਰਾਬ ਹੋ ਚੁੱਕੀ ਹੈ ਕਿਉਂਕਿ ਮੰਡੀ ਵਿੱਚ ਫਸਲ ਨੂੰ ਬਚਾਉਣ ਦੇ ਲਈ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਸੀ। ਝੋਨਾ ਸੁੱਟ ਸੁੱਟਿਆ ਇੱਥੇ ਅਤੇ ਇੱਥੇ ਬਹੁਤ ਨੁਕਸਾਨ ਹੋ ਗਿਆ। ਇੱਥੇ ਦੇਖ ਲਓ ਤੁਸੀਂ, ਫਸਲਾਂ ਕਿੱਦਾਂ ਬਰਬਾਦ ਹੋ ਗਈਆਂ। ਮੈਨੂੰ ਤਾਂ ਲੱਗਦਾ ਨਹੀਂ ਕੋਈ ਸਰਕਾਰ ਵੱਲੋਂ ਪ੍ਰਬੰਧ ਕੀਤੇ ਹੋਣਗੇ, ਕੋਈ ਮੈਨੂੰ ਲੱਭਦਾ ਨਹੀਂ ਇੱਥੇ ਕੋਈ ਕੁਛ ਵੀ। ਹੋਰ ਮੈਂ ਥੋੜ੍ਹਾ ਮਤਾ ਕਰ ਰਹੀ ਹੈ, ਥੋੜ੍ਹਾ ਉਹ ਵਿਚਾਰਾ ਆਪਣੇ ਕਰ ਰਹੇ ਨੇ, ਅਤੇ ਇਹ ਤੁਸੀਂ ਦੇਖ ਲਓ ਕੀ ਹਾਲ ਹੈ ਇੱਥੋਂ ਦਾ, ਇਹ ਦੇਖੋ। ਨਹੀਂ ਇਹ ਜਿਹੜੀ ਰਾਤ ਬਾਰਿਸ਼ ਪਈ ਆ ਉਹਦੇ ਕਾਰਨ ਹੋਇਆ? ਹਾਂਜੀ, ਰਾਤ ਬਾਰਿਸ਼ ਕਾਰਨ ਹੋਇਆ ਜੀ। ਇਹ ਤਾਂ ਖੁਦ ਲੱਭਣ ਡਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਇਹਦਾ, ਖੁਦ ਦੇਖੋ ਉਹਦੇ ਕੀ ਹਿਸਾਬ ਕਿਤਾਬ ਹੈ। ਇੱਥੋਂ ਸਾਰਾ ਮੰਡੀ 'ਚ ਪਾਣੀ ਭਰਿਆ ਹੋਇਆ ਦੇਖੋ, ਸਾਰਾ ਹੀ ਦੇਖੋ, ਸਾਰੇ ਪਾਸੇ ਇੱਦਾਂ ਹੀ ਹੈ, ਸਭ ਕੁਛ ਪਾਣੀ ਪਾਣੀ ਹੈ ਸਾਰੇ ਪਾਸੇ। ਸਾਡਾ ਹੱਕ ਦੇਣ ਹੋਰ ਕੀ ਹੈ। ਨਾਮ ਆਪਣਾ? ਮੇਰਾ ਨਾਂ ਰਾਮ ਪ੍ਰਸ਼ਾਦ ਸ਼ਰਮਾ। ਅਤੇ ਕਿਹੜੀ ਮੰਡੀ ਦੇ ਵਿੱਚ ਆਏ ਹੋ? ਮੇਰਾ ਨਾਂ ਰਜਨੀਸ਼ ਕੁਮਾਰ ਹੈ, ਸਾਨੂੰ ਤਰਸੇਮਵਾਲ, ਪਿੰਡ ਭੋਆ। ਮੈਂ ਭੋਆ ਮੰਡੀ 'ਚ ਅਨਮੋਲ ਟ੍ਰੇਡਰ ਕੋਲ ਦਾਣੇ ਲੈ ਗਿਆ। ਮੇਰੇ ਦਾਣਿਆਂ ਦਾ ਮੋਸਚਰ ਮਾਸਚਰ ਜੋ ਹੈ ਬਿਲਕੁਲ ਸਹੀ 17 ਆ, ਲੇਕਿਨ ਹੁਣ ਬਾਰਿਸ਼ ਪੈਣ ਕਰਕੇ ਇੱਧਰ ਧਿਆਨ ਮਾੜਾ ਜਿਹਾ ਵੀ ਪਾਣੀ ਪਾਣੀ ਆ। ਸਾਡੀ ਤਾਂ ਸਰਕਾਰ ਅੱਗੇ ਜਾਂ ਮਹਿਕਮੇ ਅੱਗੇ ਬੇਨਤੀ ਹੈ ਵੀ ਸਾਡਾ ਝੋਨਾ ਜਿਹੜਾ ਪੂਰੇ ਮੋਸਚਰ ਦਾ ਪੂਰੇ ਭਾਅ ਨਾਲ ਭਰਿਆ ਜਾਏ, ਵਿਦਿਆਰਥੀ ਨੂੰ ਜਾਂ ਜ਼ਿਮੀਂਦਾਰ ਨੂੰ ਪਰੇਸ਼ਾਨ ਨਹੀਂ ਕੀਤਾ ਜਾਏ, ਕੁਦਰਤ ਦੀ ਮਾਰ ਹੈ। ਬਾਕੀ ਇਹ ਦੇਖ ਲਓ ਸਰਕਾਰ ਦੇ ਮੰਡੀ ਬੋਰਡ, ਸਰਕਾਰ ਇੰਨੇ ਪੈਸੇ ਜੋ ਜ਼ਿਮੀਂਦਾਰਾਂ ਦੇ ਕੱਟੇ ਜਾਂਦੇ ਆ ਅਤੇ ਫੜ ਉਹਨਾਂ ਦੇ ਦੇਖ ਲਓ ਤਲਾਅ ਬਣੇ ਦੇ ਆ, ਅਤੇ ਬਾਕੀ ਸੁੱਕਾ ਸੜਕਾਂ ਸੁੜਕਾਂ ਸੁੱਕੀਆਂ ਅਤੇ ਜਿੱਥੇ ਝੋਨੇ ਆ ਉਹ ਤਲਾਅ ਬਣੇ ਦੇ ਆ। ਸਰਕਾਰ ਤੋਂ ਮੰਗ ਇਹੀ ਕਰਨੀ ਵੀ ਸਾਡਾ ਝੋਨਾ ਜਿਹੜਾ ਉਹ ਭਰਿਆ ਜਾਏ ਔਰ ਸਾਨੂੰ ਸਹੀ ਉਹਦਾ ਪ੍ਰੋਪਰ ਜੋ ਭਾਅ ਆ ਉਹ ਦਿੱਤਾ ਜਾਏ। ਬਾਕੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਆ ਗਏ, ਇਹਨੂੰ ਦੇਖਣ ਆ ਗਏ, ਇੱਥੇ ਫੇਰੇ ਮਾਰਨ ਮੰਡੀਆਂ ਜਾ ਕੇ ਦੇਖਣ ਵੀ ਕਿਹੜੀ ਕਿਹੜੀ ਮੰਡੀ 'ਚ ਨੁਕਸਾਨ ਹੋਇਆ, ਜਿਹੜੇ ਜਿਹੜੇ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਪੈਲੀਆਂ 'ਚ ਮੰਡੀਆਂ 'ਚ, ਅਤੇ ਉਹਨਾਂ ਦੀ ਭਰਪਾਈ ਕੀਤੀ ਜਾਏ। ਜਿੱਦਾਂ ਕਿ ਹੁਣ ਸਰਕਾਰ ਜਿਹੜੇ ਖਰਾਬ ਹੋਏ ਝੋਨੇ ਦੀ ਗਰਦੋਰੀ ਹੂਣ ਕਰ ਰਹੀ ਹੈ, ਮੁਲਾਜ਼ਮ ਹੂਣ ਗਰਦੋਰੀਆਂ ਕਰਨ ਜਾ ਰਹੇ ਨੇ, ਜਦਕਿ ਉਹ ਝੋਨੇ ਲੋਕਾਂ ਨੇ ਵੱਢ ਕੇ ਵਾਹ ਕੇ ਚਾਰ ਵੀ ਲਏ ਹਨ, ਅਤੇ ਉਹ ਬੇਟਾਇਮਾਂ ਈਦੋਂ ਬਾਅਦ ਤੰਬਾ ਫੂਕਣ ਦਾ ਕੋਈ ਮਤਲਬ ਨਹੀਂ। ਜੇ ਕੋਈ ਕਾਰਵਾਈ ਕਿਸੇ ਸਰਕਾਰ ਨੇ ਕੋਈ ਕਿਸੇ ਨੁਮਾਇੰਦੇ ਨੇ ਆਉਣਾ ਤਾਂ ਉਹ ਹੁਣ ਮੌਕੇ ਦਾ ਆ ਕੇ ਇੱਥੇ ਸਰਕਾਰ ਦੇ ਨੁਮਾਇੰਦੇ ਆ ਕੇ ਮੁਲਾਜ਼ਮ ਆ ਕੇ ਦੇਖਣ, ਅਤੇ ਉਹਦੇ ਹਿਸਾਬ ਨਾਲ ਬਣਦਾ ਜੋ ਜ਼ਿਮੀਂਦਾਰਾਂ ਨੂੰ ਮੁਆਵਜ਼ਾ, ਜੋ ਆੜ੍ਹਤੀਆਂ ਨੂੰ ਮੁਆਵਜ਼ਾ, ਉਹਨਾਂ ਦਾ ਮਾਲ ਡੰਪ ਕੀਤਾ ਭਰਿਆ ਬੋਰੀਆਂ ਤੱਕ ਗਿੱਲੀਆਂ ਹੋ ਗਈਆਂ, ਅਤੇ ਉਹ ਉਹਨਾਂ ਵਾਸਤੇ ਪ੍ਰੋਬਲਮ ਹੈ, ਲੇਬਰ ਵਾਸਤੇ ਬੜੀ ਤਕੜੀ ਪ੍ਰੋਬਲਮ ਹੈ, ਉਹ ਦੁਬਾਰਾ ਉਹਨੂੰ ਖੋਲ੍ਹ ਖੋਲ੍ਹ ਕੇ ਭਰੇਗੀ, ਉਹਦੀ ਲੇਬਰ ਕੌਣ ਦੇਗਾ। ਬਾਕੀ ਸਰਕਾਰ ਅੱਗੇ ਮੰਗ ਹੈ ਵੀ ਜਲਦ ਤੋਂ ਜਲਦ ਜੋ ਹੈ ਵੀ ਆਪਣੇ ਬੰਦੇ ਭੇਜ ਕੇ ਮੰਡੀਆਂ ਦਾ ਮੁਆਇਨਾ ਕੀਤਾ ਜਾਏ, ਲੋਕਾਂ ਦੀਆਂ ਪੈਲੀਆਂ ਦਾ ਮੁਆਇਨਾ ਕੀਤਾ ਜਾਏ। ਰਾਤ ਐਨ ਵੀ ਪਈ ਹੈ ਵੀ ਕਿਹਦਾ ਕਿਹਦਾ ਨੁਕਸਾਨ ਹੋਇਆ, ਅਤੇ ਜੇ ਉਹ ਝੋਨੇ ਆ ਕੀ ਕਰਨਾ ਵੀ ਜਿੱਦਾਂ ਝੋਨੇ ਦੀ ਗਰਦੋਰੀ ਹੁਣ ਤੱਕ ਅਜੇ ਝੋਨੇ ਵਢੋ ਗਏ ਅਤੇ ਹੁਣ ਤੱਕ ਗਰਦੋਰੀਆਂ ਹੋ ਰਹੀਆਂ, ਅਤੇ ਫਿਰ ਤਾਂ ਅਸੀਂ ਰੱਬ ਅੱਗੇ ਹੱਥ ਜੋੜਨੇ ਆ ਭਰਾਵਾ, ਸਰਕਾਰ ਅੱਗੇ ਤਾਂ ਹੱਥ ਜੋੜ ਜੋੜ ਕੇ ਦੇਖ ਲਏ। ਮੈਂ ਬਿਹਾਰ ਸੇ ਹੂੰ ਜੀ, ਮੈਨੇ ਇੱਧਰ ਬੋਆ ਮੰਡੀ ਮੈਂ ਆਇਆ ਥਾ ਕਾਮ ਕਰਨੇ ਕੇ ਲੀਏ, ਯਹਾਂ ਕਾਫੀ ਬਰਸਾਤ ਹੋਣੇ ਕੇ ਕਾਰਨ ਬਹੁਤ ਨੁਕਸਾਨ ਹੁਆ ਹੈ ਔਰ ਫਸਲ ਜੋ ਹੈ ਜ਼ਿਮੀਂਦਾਰੋਂ ਕੋ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ, ਮੰਡੀਓ ਮੈਂ ਪਾਣੀ ਭਰਾ ਹੁਆ ਹੈ ਔਰ ਹਮ ਲੋਗ ਕੋ ਕਾਮ ਕਰਨੇ ਮੇਂ ਬਹੁਤ ਮੁਸ਼ਕਲ ਹੋ ਰਹਾ ਹੈ, ਕਈ ਦਿਨ ਸੇ ਦੋ ਤਿੰਨ ਦਿਨ ਸੇ ਬੈਠੇ ਹੋਏ ਹੈ, ਖਾਣੇ ਪੀਣੇ ਕਈ ਬਹੁਤ ਮੁਸ਼ਕਲ ਹੋ ਰਹਾ ਹੈ, ਔਰ ਸਰਕਾਰ ਕੋ ਇਹ ਸੋਚਣਾ ਚਾਹੀਏ ਕਿ ਜੋ ਫਸਲ ਲੈ ਕੇ ਆਏ ਹੋਏ ਹੈ ਇਸ ਮੰਡੀ ਮੇਂ ਜ਼ਿਮੀਂਦਾਰ ਲੋਗ, ਉਨਕੋ ਜ਼ਿਆਦਾ ਨੁਕਸਾਨ ਹੋਵੇ, ਉਸਕੋ ਭਰਪਾਈ ਕੇ ਬਾਰੇ ਮੇਂ ਕੁਛ ਸੋਚਣਾ ਚਾਹੀਏ, ਕਿ ਹਮ ਲੋਗ ਮਤਲਬ ਮਜ਼ਦੂਰ ਤੋਂ ਹੈ, ਹਮ ਲੋਗ ਕੋ ਕਿਆ ਪ੍ਰੋਬਲਮ ਹੈ, ਜ਼ਿਆਦਾ ਪ੍ਰੋਬਲਮ ਇਹ ਹੈ ਕਿ ਕਾਮ ਨਹੀਂ ਮਿਲ ਰਿਹਾ, ਇਸ ਚਲਤੇ ਮੁਝੇ ਮੁਸ਼ਕਲ ਹੋ ਰਿਹਾ ਹੈ ਯਹਾਂ ਖਾਣੇ ਪੀਣੇ ਕੇ ਹਰ ਚੀਜ਼ ਕੀ, ਔਰ ਜਿਮ ਜ਼ਿਆਦਾ ਮੁਸ਼ਕਲ ਮੇਂ ਹੈ ਪਾਣੀ ਮੇਂ। ਅਭੀ ਤੋ ਦੇਖ ਲੀਜੀਏ ਆਪਕੋ ਸਾਹਮਣੇ ਹੈ ਕਾਫੀ ਢੇਰ ਲਗੇ ਹੋਏ ਹੈ, ਬਹੁਤ ਜ਼ਿਆਦਾ ਪਾਣੀ ਭਰੇ ਹੋਏ ਹੈ, ਕਮ ਸੇ ਕਮ ਇਸ ਮੰਡੀ ਮੇਂ ਨਹੀਂ ਜ਼ਿਆਦਾ ਤੋ ਮੈਂ ਦੇਖ ਰਹਾ ਹੂੰ ਇੱਕ ਫਰਸ਼ ਪੇ ਕਮ ਸੇ ਕਮ ਤੋ 2000 ਬੋਰੀ ਸੇ ਜ਼ਿਆਦਾ ਹੀ ਪਾਣੀ ਮੇਂ ਵੀ ਡੂਬੇ ਹੋਏ ਹੈ, ਇੱਕ ਫਰਸ਼ ਕੀ ਬਾਤ ਕਰ ਰਹਾ ਹੂੰ, ਯਹਾਂ ਮੰਡੀ ਮੇਂ ਕਈ ਫਰਸ਼ ਤਿਆਰਤੀ ਹੈ, ਨੁਕਸਾਨ ਤੋ ਕਾਫੀ ਹੈ ਸਰ, ਅਨੁਮਾਨ ਕਰੇ ਤੋ ਕਮ ਸੇ ਕਮ ਕਿਸੇ ਕਾ 4 ਕਿੱਲੇ ਕੀ, ਕਿਸੇ ਕਾ 2 ਕਿੱਲੇ ਕੀ ਧਾਨ ਤੋ ਅਭੀ ਯਹਾਂ ਬਰਾਮਦ ਹੈ, ਨੁਕਸਾਨ ਹੋਏ, ਪਾਣੀ ਮੇਂ ਡੂਬੇ ਹੋਏ ਹੈ, ਮੁਸ਼ਕਿਲ ਤੋ ਸਰ ਹੋ ਰਹੇ ਹੈ, ਮੁਸ਼ਕਿਲ ਇਹ ਹੋ ਰਹੇ ਹੈ, ਆਪ ਦੇਖ ਰਹੇ ਹੈ ਪਾਣੀ ਮੇਂ ਕਿਆ ਹੋਗਾ ਮਜ਼ਦੂਰੀ, ਹੋ ਸਕਤਾ ਹੈ ਕਿਆ, ਪਾਣੀ ਮੇਂ ਕੋਈ ਮਜ਼ਦੂਰੀ ਨਹੀਂ ਹੋਗਾ, ਹਮ ਲੋਗ ਵੈਸੇ ਹੀ ਬੈਠੇ ਹੋਏ ਹੈ।
इंतजार कर रहे हैं, अगर मौसम साफ होगा तो पानी उनी सूखने के बाद दो चार दिन लगेगा ही, तब तक तो बैठ के खाना पड़ेगा। सरकार से ये मांग करते हैं कि जो किसान को नुकसान हुआ है उसके बारे में सरकार सोचे कि भाई इतना ज़्यादा नुकसान हुआ, कल ओला भी पड़ा है, पत्थर भी बर्फ़ भी गिरे हैं, जिसका कारण खेतों में भी ज़्यादा नुकसान हुआ है।